ਗੱਲਾਂ-ਬਾਤਾਂ ਸਾਡੀਆਂ ਤੁਹਾਨੂੰ ਪਤਾ ਇੱਧਰ ਡਾਕਟਰ ਸਾਹਿਬ ਨੇ ਅੱਜ ਕਾਫੀ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤੇ ਇੱਕ ਜਣੇ ਨੇ ਪ੍ਰੋਬਲਮ ਦੱਸੀ ਆ ਉਹ ਡਾਕਟਰ ਸਾਹਿਬ ਨੇ ਨੋਟ ਕਰ ਲਿਆ ਗਟਰ ਖੋਲਣ ਚੱਲ ਜਾਣਗੇ ਕੋਈ ਐਸੀ ਗੱਲ ਨਹੀਂ ਲੇਕਿਨ ਉਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਕੀ ਤੁਹਾਨੂੰ ਯਾਦ ਮੈਂ ਕੱਲ ਕੁਛ ਦੱਸਿਆ ਸੀਗਾ ਸਪੈਸ਼ਲੀ ਅਮਰੀਕਾ ਵਾਲੇ ਜਿਹੜੇ ਸਾਡੇ ਵਿਊਅਰਸ ਨੇ ਨਹੀਂ ਪਤਾ ਲੈ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ ਜੀ ਕਿ USA ਦੇ ਵਿਊਅਰਸ ਲਈ ਆ ਜਿੰਨੇ ਵੀ ਹੈਗੇ ਨਾ ਇਹਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਜਸ ਕਾਰਨੀਵਾਲ ਹੋਣ ਜਾ ਰਿਹਾ ਜੀ 1 ਸਤੰਬਰ 2018 ਜਿਹੜਾ ਕਿ ਹੋਣ ਜਾ ਰਿਹਾ 6 ਫਲੈਗ ਵਿਖੇ ਤੁਸੀਂ ਸਾਰਿਆਂ ਨੇ ਹੁੰਮ ਹੁੰਮਾ ਕੇ ਇਸ ਕਰਕੇ ਪਹੁੰਚਣਾ ਕਿਉਂਕਿ ਉੱਥੇ ਮੇਲਾ ਬਹੁਤ ਸੋਹਣਾ ਲੱਗਣਾ ਜੀ ਕਲਾਕਾਰ ਬਹੁਤ ਸਾਰੇ ਆਉਣੇ ਨੇ ਜਿਵੇਂ ਕਿ ਆਪਣਾ ਅੰਮ੍ਰਿਤ ਮਾਨ ਸਾਹਿਬ ਜੈਸਮਿਨ ਸੈਂਡਲਸ ਗੁਰਨਾਮ ਭੁੱਲਰ ਨਿਸ਼ਾ ਬਾਨੋ ਜੀ ਸਾਰਿਕਾ ਗਿੱਲ ਔਰ ਹੋਰ ਵੀ ਬਹੁਤ ਸਾਰੇ ਕਲਾਕਾਰ ਹੋਣਗੇ ਔਰ ਜਿਹੜੀ ਇਹਦੀ ਟਿਕਟ ਹੈ ਜੇ ਤੁਸੀਂ ਉਹ ਚਾਹੁੰਦੇ ਹੋ ਕਿ ਹਾਂ ਵੀ ਕਿਸ ਤਰ੍ਹਾਂ ਕਰੀਏ ਅੱਜ ਥੱਲੇ ਜਿਹੜੇ ਨੰਬਰ ਦੇਣਗੇ ਨਾ ਤੁਹਾਨੂੰ ਉਹਨਾਂ ਦੇ ਤੁਸੀਂ ਕੰਟੈਕਟ ਕਰ ਲੈਣਾ ਔਰ ਟਿਕਟ ਦੇ ਨਾਲ ਅਸੀਂ ਤੁਹਾਨੂੰ ਕੰਪਲੀਮੈਂਟਰੀ ਕੀ ਦੇ ਰਹੇ ਹਾਂ ਜੀ ਇਨਕਲੂਡ ਹੈ ਜਿਹੜੀ ਉਹ ਸਫਾਰੀ ਰਾਈਡ ਇੰਜੋਏ ਕਰਨੀ ਆ ਔਰ ਲਾਈਵ ਕੌਂਸਰਟ ਇੰਜੋਏ ਕਰਨਾ ਤੁਸੀਂ ਮਜ਼ਾ ਲੈਣਾ ਜਸ ਕਾਰਨੀਵਾਲ ਸਾਲ 'ਚ ਇੱਕ ਵਾਰੀ ਆਉਂਦਾ ਅਤੇ ਬਹੁਤ ਮਜ਼ਾ ਆਏਗਾ ਤੁਹਾਨੂੰ ਜ਼ਰੂਰ ਜਾਣਾ ਤੁਸੀਂ ਤਾਂ ਮੈਨੂੰ ਫੋਨ ਕਰਕੇ ਟਿਕਟ ਅੱਲੋ ਨਹੀਂ ਕਹਿਣਾ ਕਿਉਂਕਿ ਮੈਨੂੰ ਆਪ ਨਹੀਂ ਮਿਲੀ ਮੈਂ ਹਜੇ ਆਪ ਅਰੇਂਜ ਕਰਨ ਡਿਆ ਆਪਣੇ ਵਾਸਤੇ ਪਾਸ ਸੋ ਤੁਸੀਂ ਫੋਨ ਕਰਨਾ ਠੀਕ ਹੈ ਜੀ ਹਾਂਜੀ ਡਾਕਟਰ ਸਾਹਿਬ ਮੈਂ ਦੱਸ ਸਕਦਾ ਵੀ ਤੁਸੀਂ ਕਦੋਂ ਜਾ ਰਹੇ ਹੋ ਬਾਹਰ ਤੁਸੀਂ ਮਤਲਬ ਕਿ ਕੁੰਡਲੀ ਕਾਂਡਲੀ ਵੀ ਦੇਖਦੇ ਹੋ ਹੱਥ ਤੁਸੀਂ ਵੀ ਦੇਖਦੇ ਹੋ ਹਾਂਜੀ ਹਾਂਜੀ ਤੁਹਾਡੀ ਸ਼ਕਲ ਦੇਖਣ ਦਾ ਦਿਲ ਨਹੀਂ ਕਰਦਾ ਤੁਸੀਂ ਹੱਥ ਕਿੱਦਾਂ ਦੇਖ ਲੈਂਦੇ ਮੇਰੀ ਨਹੀਂ ਦੇਖਣ ਨੂੰ ਕਰਦਾ ਮੇਰਾ ਤਾਂ ਦੇਖਣ ਨੂੰ ਜੀ ਕਰਦਾ ਅੱਛਾ ਤੁਸੀਂ ਹੱਥ ਦੇਖ ਲੈਂਦੇ ਨਹੀਂ ਮੈਂ ਹੈਡਫੋਨ ਲਾ ਕੇ ਸਾਰਾ ਕੁਝ ਚੈੱਕ ਕਰ ਲੈਣੇ ਅੱਛਾ ਜੀ ਲਾ ਲਓ ਹੈਡਫੋਨ ਇਹ ਮੈਂ ਲਵਾਂ ਜੀ ਹਾਂਜੀ ਇਹਦੇ ਨਾਲ ਇਹ ਭਵਿੱਖ ਵੀ ਦੱਸਦਾ ਚਲੋ ਦੇਖ ਲੈਣੇ ਇਹ ਕਰਕੇ ਯਾਰ ਇੱਕ ਤਾਂ ਤੁਸੀਂ ਪੰਜਾਬੀ ਸਲਾਹਾਂ ਬਹੁਤ ਲੈਂਦੇ ਆ ਮਤਲਬ ਹੀ ਬਹੁਤ ਆ ਤੁਸੀਂ 5 ਮਿੰਟ ਰਹਿ ਗਏ ਪ੍ਰੋਗਰਾਮ ਖਤਮ ਹੋਣ ਵਾਲਾ ਜਾਣ ਵਾਲੇ ਹੀ ਆ ਮੈਂ ਬਾਹਰ ਜਾਣ ਦੀ ਗੱਲ ਕੀਤੀ ਸੀ ਤੇ ਮੈਂ ਵੀ ਸਟੂਡੀਓ ਦੇ ਬਾਹਰ ਦੀ ਗੱਲ ਕਰ ਰਿਹਾ ਉਹ ਸਟੂਡੀਓ ਦੇ ਬਾਹਰ ਨਹੀਂ ਮੈਂ ਬਾਹਰਲੇ ਦੇਸ਼ ਦੀ ਗੱਲ ਕੀਤੀ ਹੈ ਓਕੇ ਉਹਦੇ ਬਾਰੇ ਨਹੀਂ ਮੈਨੂੰ ਪਤਾ ਉਹਦੇ ਬਾਰੇ ਤੈਨੂੰ ਮਰ ਜਾਣਾ ਆਪਣਾ ਨਹੀਂ ਪਤਾ ਹੋਣਾ ਚਾਰ ਵਾਲ ਟੂ ਲਾਉਣ ਵਾਲਿਆ ਕਦੀ ਗਏ ਤੁਸੀਂ ਬਾਹਰ ਜਾਂਦੇ ਰਹਿਣ ਨਾ ਮਲੇਸ਼ੀਆ ਸਿੰਗਾਪੁਰ ਥਾਈਲੈਂਡ ਕੱਥੂ ਨੰਗਲ ਪੰਜਾਬ ਆ ਮੈਨੂੰ ਪਤਾ ਸ਼ੌਕ ਹੋ ਜਾਣਾ ਤੁਸੀਂ ਕਿਹੜੇ ਕਿਹੜੇ ਦਿਨ ਆਏ ਮੈਂ ਮਲੇਸ਼ੀਆ ਥਾਈਲੈਂਡ ਸਿੰਗਾਪੁਰ ਸਿੰਗਾਪੁਰ ਫਿਲੀਪਾਈਨ ਤੇ ਜਰਮਨੀ ਅੱਛਾ ਜੀ ਹਾਂ ਸਪੇਨ ਅੱਛਾ ਇੱਥੋਂ ਦਾ ਨਹੀਂ ਲੱਗਦਾ ਮੇਰਾ ਲਵਾਉਣਾ ਦੱਸੋ ਕੋਈ ਬੰਦਾ ਹੈਗਾ ਤੇ ਬਾਕੀ ਕਿਹੜੀ ਕਿਹੜੀ ਹੋਰ ਕਨੇਡਾ ਅਮੈਰੀਕਾ ਇੱਥੋਂ ਦਾ ਵੀ ਲਾਉਣਾ ਜੇ ਸਾਰੇ ਪਾਸੇ ਦਾ ਲਾਉਣਾ ਹੀ ਹੈ ਤੇ ਫਿਰ ਗਿਆ ਕਿੱਥੇ ਆ ਤੂੰ ਮੈਂ ਤਾਂ ਜਾਂਦਾ ਹੀ ਰਹਿਣਾ ਬਾਹਰ ਕਿੱਥੇ ਅੱਛਾ ਜਿਹੜਾ ਤੁਸੀਂ ਬਾਹਰ ਜਾਂਦੇ ਹੋ ਬਾਹਰੋਂ ਬਾਹਰ ਜਾਂਦੇ ਕਿ ਅੰਦਰੋਂ ਅੰਦਰੋਂ ਗੱਟਰ ਤੇ ਰਹੀ ਜਾਂਦੇ ਪਹਿਲਾਂ ਜਾਂਦੇ ਹੁੰਦੇ ਸੀ ਬਾਹਰ ਜਦੋਂ ਸ਼ੌਚਾਲਿਆ ਨਹੀਂ ਬਣੇ ਸੀ ਬੜਾ ਗਏ ਬਾਹਰ ਅੱਛਾ ਸਾਰੀ ਫੈਮਿਲੀ ਜਾਂਦੀ ਹੋਣੀ ਸਾਰੇ ਜਾਂਦੇ ਜੇ ਮਿੰਟਾਂ ਸਕਿੰਟਾਂ 10 ਮਿੰਟਾਂ ਦਾ ਟੂਰ ਹੁੰਦਾ ਸੀ ਸਕੈਂਟ ਲਾਉਂਦੇ ਸੀਗੇ ਉਹਦੇ ਲਈ ਵੀਜ਼ਾ ਵੀ ਲਾਉਣਾ ਪੈਂਦਾ ਸੀ ਤੁਹਾਨੂੰ ਨਾ ਕੋਈ ਵੀਜ਼ਾ ਨਹੀਂ ਉਦੋਂ ਤਾਂ ਬਸ ਇਹ ਹੁੰਦਾ ਸੀ ਵੀ ਜਲਦੀ ਜਲਦੀ ਸਾਈਕਲ ਮਿਲ ਜੇ ਟਰਾਲੀ ਲਾ ਕੇ ਹੋਣੀ ਅੱਛਾ ਇਹ ਅੱਛਾ ਚਲੋ ਉਹ ਗੱਲ ਤਾਂ ਮੈਂ ਤੁਹਾਡੀ ਸਮਝ ਗਿਆ ਅੱਛਾ ਡਾਕਟਰ ਸਾਹਿਬ ਮੇਰਾ ਨਾ ਪੇਟ ਬਹੁਤ ਖਰਾਬ ਰਹਿੰਦਾ ਪਤਾ ਨਹੀਂ ਅਜੀਬ ਜਿਹਾ ਕੁਝ ਹੁੰਦਾ ਰਹਿੰਦਾ ਕੀ ਇਲਾਜ ਕਰਾਂ ਮੈਂ ਇਹਦਾ ਆਪਣੀ ਵਾਈਫ ਨੂੰ ਪੁੱਛਿਆ ਤੁਸੀਂ ਕਿੰਨੇ ਸਿਆਣੇ ਹੋ ਕਿੰਨੇ ਖਰਾਬ ਹੋ ਮਤਲਬ ਖਰਾਬ ਬੰਦੇ ਦਾ ਬਈ ਖਰਾਬ ਹੀ ਰਹਿਣਾ ਇਹ ਕੀ ਮਤਲਬ ਹੋਇਆ ਵੀ ਖਰਾਬ ਬੰਦੇ ਦਾ ਖਰਾਬ ਬਾਡੀ ਦਾ ਨੇਚਰ ਦੇ ਨਾਲ ਕੀ ਕਨੈਕਸ਼ਨ ਹੋਇਆ ਦੇਖੋ ਜਿੱਦਾਂ ਆਪਾਂ ਖੁਸ਼ ਰਹਿੰਦੇ ਆ ਆਪਣਾ ਪੇਟ ਵੀ ਖੁਸ਼ ਰਹਿੰਦਾ ਓ ਇਹ ਸਿਆਣੀ ਗੱਲ ਹੈ ਵੀ ਇਹ ਡਾਕਟਰ ਸਾਹਿਬ ਦੀ ਗੱਲ ਨੋਟ ਕਰਨੀ ਚਾਹੀਦੀ ਕਿ ਇਨਸਾਨ ਨੂੰ ਖੁਸ਼ ਰਹਿਣਾ ਚਾਹੀਦਾ ਉਹਦਾ ਪੇਟ ਵੀ ਖੁਸ਼ ਰਹਿੰਦਾ ਜਦੋਂ ਆਪਾਂ ਦੁਖੀ ਹੁੰਨੇ ਆ ਹਾਂ ਆਪਾਂ ਦੁੱਖ ਵਾਲੇ ਗੀਤ ਸੁਣਦੇ ਆ ਹਾਂਜੀ ਹਾਂਜੀ ਜਦੋਂ ਖੁਸ਼ ਹੁੰਨੇ ਆ ਉਦੋਂ ਖੁਸ਼ੀ ਵਾਲੇ ਸੁਣਦੇ ਆ ਵਾਹ 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 ਤੇ ਰੋਮਾਂਟਿਕ ਗਾਣੇ ਕਦੋਂ ਸੁਣਦੇ ਆ ਜਦੋਂ ਹਾਂ ਉਹ ਫਿਰ ਜਦੋਂ ਰੋਮਾਂਟਿਕ ਹੁੰਨੇ ਆ ਇਹ ਡਾਕਟਰ ਸਾਹਿਬ ਤਾਂ ਹੋਰ ਵੀ ਗੀਤ ਗੂਤ ਆਉਂਦਾ ਕੋਈ ਯਾਰ ਮੈਨੂੰ ਗੀਤ ਨਹੀਂ ਇੱਕ ਵਾਰੀ ਦਾ ਗੀਤ ਦੇ ਚੱਕਰ 'ਚ ਮੇਰੇ ਘੁੱਟ ਪੈ ਚੱਲੀ ਸੀ ਉਹ ਕਿਸ ਤਰ੍ਹਾਂ ਇੱਕ ਲੇਡੀਜ਼ ਮੇਰੇ ਕੋਲ ਆਈ ਮੈਂ ਉਹਨੂੰ ਗੀਤ ਸੁਣਾਤਾ ਮੈਂ ਉਹਨੂੰ ਕਿਹਾ ਨਾ ਇੱਦਾਂ ਬੈਠੇ ਮੇਰੇ ਕੋਲ ਮੈਂ ਉਹਨੂੰ ਚੈੱਕ ਕੀਤਾ ਪਹਿਲਾਂ ਤਾਂ ਚੈੱਕ ਕੀਤਾ ਪਹਿਲਾਂ ਹੀ ਪੈ ਚੱਲੀ ਸੀ ਕੁੱਟ ਮੈਂ ਚੈੱਕ ਕੀਤਾ ਮੈਂ ਕਿਹਾ ਆਪਣੇ ਨਾ ਬੁੱਲਾਂ ਨਾਲ ਕੁਝ ਕਰੋ ਕਹਿੰਦੀ ਫਿਰ ਕੁੱਟ ਪੈ ਗਈ ਤੁਹਾਡੇ ਨਾਲ ਮੈਂ ਗੱਲ ਤਾਂ ਸੁਣੋ ਫਿਰ ਕਿਆ ਪਈ ਫਿਰ ਮੈਂ ਉਹਨੂੰ ਆਖਿਆ ਆਂਟੀ ਜੀ ਇੱਦਾਂ ਨਹੀਂ ਕਰੀਦਾ ਹੁੰਦਾ ਉਹਨੇ ਕਹਿੰਦੀ ਕਿੱਦਾਂ ਕਰੀਦਾ ਹੁੰਦਾ ਫਿਰ ਮੈਂ ਕਨਫਿਊਜ਼ ਹੋ ਗਿਆ
ਮੈਂ ਉਹਨੂੰ ਚੈੱਕ ਨਹੀਂ ਕੀਤਾ ਉਹਨੇ ਮੈਂ ਚੈੱਕ ਨਹੀਂ ਕੀਤਾ ਉਹਨੂੰ ਅੱਛਾ ਫਿਰ ਉਹਨੇ ਕੁੱਟਿਆ ਝੋਟੇ ਜੀ ਰੀਜ਼ਨ ਅੱਛਾ 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 ਤੇ ਘਰ ਵੀ ਤੁਹਾਨੂੰ ਚੈੱਕ ਕਰਨ ਹਾਂਜੀ ਕਦੀ ਗਏ ਹੋ ਘਰ ਵੀ ਮਰੀਜ਼ ਨੂੰ ਚੈੱਕ ਕਰਨ ਚੱਲ ਜਾਂਦੇ ਇੱਕ ਵ
ਡੈਡੀ ਨੇ ਮਾਰੀਆਂ ਚੱਪਲਾਂ ਉਹਦੀ ਘਰ ਵਾਲੇ ਮਾਰੀਆਂ ਹਾਂ ਪੁੱਛੋ ਕਿਉਂ ਕਿਉਂ ਉਹ ਉੱਠ ਕੇ ਬਹਿ ਗਿਆ ਕਹਿੰਦਾ ਮੈਂ ਜਿਉਂਦਾ ਕਹਿੰਦੇ ਮਰ ਜਾਣਾ ਜਦੋਂ ਡਾਕਟਰ ਨੇ ਕਹਿਤਾ ਵੀ ਮਰ ਗਿਆ ਤੇ ਫਿਰ ਮਰ ਜਾ ਤੂੰ ਡਾਕਟਰ ਨਾਲ ਜਾ ਦੇ ਸਿਆਣਾ ਵਾਹ ਜੀ ਵਾਹ ਵਾਹ ਜੀ ਵਾਹ ਮਤਲਬ ਤੁਸੀਂ ਮਾਰੇ ਜਿੰਦੇ ਬੰਦੇ ਨੂੰ ਮਰਿਆ ਹੋਇਆ ਘੋਸ਼ਿਤ ਕਰ ਆਏ ਤੇ ਉਹਦੇ ਅੱਗੋਂ ਘਰ ਵਾਲੀ ਵੀ ਉਹੋ ਜਿਹੀ ਟੱਕਰੀ ਵਿਚਾਰਨ ਵੀਵੀਟੀ ਕੀਤੀ ਹੋਈ ਨਾ ਸਾਡੀ ਫਿਰ ਕੀ ਕੀਤੀ ਹੈ ਵੀਵੀਟੀ ਜੇ 30-30 ਕਰ ਲੈਂਦੇ ਤੇ ਮੈਨੂੰ ਲੱਗਦਾ ਜ਼ਿਆਦਾ ਪੈਸੇ ਬਚ ਜਾਣੇ ਸੀ ਤੁਹਾਨੂੰ ਹਾਂ ਤੁਸੀਂ 20 ਵੀ ਇਕੱਠੇ ਕੀਤੇ ਸੀ ਮਿਸਟਰ ਪਾਲੀ ਮੈਨੂੰ ਇਹ ਦੱਸੋ ਵੀ ਮੈਂ ਤੁਸੀਂ ਮੈਨੂੰ ਇਹ ਦੱਸੋ ਇੱਥੇ ਤੁਸੀਂ ਗੰਦ ਪਾਣ ਆਏ ਕਿਉਂ ਮਤਲਬ ਕੀ ਕਰਨਾ ਹੈ ਸਾਡੇ ਠੰਡ ਇਹ ਖੁਰਕ ਦਾ ਇਲਾਜ ਕਰਨਾ ਹੈ ਮਤਲਬ ਹਾਂ ਸੱਚ ਖੁਰਕ ਦਾ ਇਹਨੂੰ ਤੁਸੀਂ ਕੋਈ ਗੋਲੀਆਂ ਗਾਲੀਆਂ ਲਿਖ ਜਾਓ ਕੋਈ ਖੁਰਕ ਇੰਜ ਘੱਟ ਹੋਵੇ ਥੋੜੀ ਜੀ ਤੇ ਕਿੰਨੀ ਖੁਰਕ ਹੈ ਬੇਟਾ ਕਿੰਨੇ ਪਰਸੈਂਟ ਦੱਸ ਜੇ ਤੁਸੀਂ ਕਰ ਦਿਓ ਤਾਂ ਭਾਵੇਂ ਲੱਗੇ ਹੀ ਰਹੋ ਜੀ ਅੱਛਾ ਜੇ ਮੈਂ ਲੱਗਾ ਰਿਹਾ ਫਿਰ ਪੈਸੇ ਬੜੇ ਬਣ ਜਾਣੇ ਪੈਸੇ ਧਾਰ ਹੈਂ ਧਾਰ ਜੀ ਲੈ ਉਧਾਰ ਕੰਮ ਨਹੀਂ ਕਰਦਾ ਮੈਂ ਅੱਛਾ ਉਧਾਰ ਨਹੀਂ ਕਰਦਾ ਪੈਸਿਆਂ ਤੇ ਕੰਮ ਕਰਦਾ ਨਗਦ ਤੁਸੀਂ ਮਤਲਬ ਨਗਦ ਨਗਦ ਪੈਸੇ ਤਾਂ ਸਰਨਾ ਹੀ ਦੇਣੇ ਆ ਫਿਰ ਜੀ ਮੈਂ ਕਿਹੜੀ ਗੱਲੋਂ ਦੇਣੀ ਆ ਬੇਟਾ ਮੈਂ ਤਾਂ ਤੇਰੀ ਸਹੂਲਤ ਵਾਸਤੇ ਬੰਦਾ ਮੰਗਾਇਆ ਕਿ ਚੱਲ ਆ ਕੇ ਤੈਨੂੰ ਕੋਈ ਦਵਾਈ ਮੈਂ ਕਹਿੰਦਾ ਕੋਈ ਦਵਾਈ ਦਵੂਈ ਦਿਓ ਕੋਈ ਕਰੀਮ ਕਰੂਮ ਹੈਗੀ ਲਾਉਣ ਵਾਸਤੇ ਦਿਓ ਜਾਂ ਆਪਾਂ ਮੈਡੀਕਲ ਸਟੋਰ ਤੋਂ ਚੁੱਕ ਲੇਗਾ ਇੱਕ ਦਵਾਈ ਮੇਰੇ ਕੋਲ ਹੈ ਕਿਹੜੀ ਖਾ ਲਓ ਤੁਸੀਂ ਠੀਕ ਹੋ ਜਾਓ ਇਹ ਵੀ ਗੱਲ ਠੀਕ ਹੈ ਆਪਣੇ ਤੇ ਟਰਾਈ ਕੀਤੀ ਹੋ ਯਾਰ ਇਹ ਕੌਣ ਹੈ ਮੈਂ ਲਵ ਯੂ ਹਾਂ ਲਵ ਯੂ ਟੂ ਮਰ ਜਾਣਾ ਲਵ ਯੂ ਥੂ ਲਓ ਯਾਰ ਜੋ ਤੁਹਾਡਾ ਬਣਦਾ ਸੀ ਉਹਨੇ ਤੁਹਾਡੇ ਸਾਹਮਣੇ ਦੇਤਾ ਤੁਹਾਨੂੰ ਕੁਛ ਨਹੀਂ ਲੁਕਾ ਰੱਖਿਆ ਤੁਹਾਡੇ ਤੋਂ ਇਹੋ ਜਿਹੀ ਹੈ ਨਾ ਪੁੰਡਾ ਦੇ ਖੱਖਰ ਉਹ ਜਿਹੜਾ ਹੁੰਦਾ ਪਰਚੱਤਾ ਉੱਥੇ ਬੈਠੀਆਂ ਹੁੰਦੀਆਂ ਤੇ ਬਸ ਨਾ ਮੈਂ ਜੋ ਨਹੀਂ ਦਵਾਈ ਲਾ ਕੇ ਨਾ ਮਾਰ ਦੇਣੀ ਫਿਰ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਡਾਕਟਰ ਸਾਹਿਬ ਐਡਾ ਟੈਨਸ਼ਨ ਹੈ ਇਹਨੂੰ ਮੈਂ ਸਮਝਾ ਦਾਂਗਾ ਥੋੜੀ ਜੀ ਹੈ ਇਦਾਂ ਦੀ ਉਹ ਤੂੰ ਕੋ ਡਾਕਟਰ ਸਾਹਿਬ ਨੂੰ ਕੋ ਗਾਣਾ ਗੁਣਾ ਸੁਣਾ ਦੇ ਹਾਏ ਸੇ ਸਾਡੇ ਘਰ ਅੱਜ ਕਲੇਸ਼ ਹੋ ਗਿਆ ਤੁਹਾਡੇ ਘਰ ਹਾਂਜੀ ਸਰ ਚਲੋ ਨਵੀਂ ਗੱਲ ਨਹੀਂ ਸੀ ਅੱਜ ਨਾ ਪਾਂਦੀ ਤੇ ਸਿਰ ਕਹਿੰਦੀ ਕਲੇਸ਼ ਹੋ ਗਿਆ ਮੈਨੂੰ ਹਾਏ ਸਰ ਹੋਇਆ ਪਤਾ ਕੀ ਹਾਂ ਸਾਡੀ ਭੂਆ ਨਾਲ ਚਾਚੀ ਵਟਸਐਪ ਤੇ ਗਵਾਚੀ ਸਾਡੀ ਭੂਆ ਨਾਲ ਚਾਚੀ ਵਟਸਐਪ ਤੇ ਗਵਾਚੀ ਚੰਡ ਫਫੜੇ ਨੇ ਮਾਰੀ ਭੂਆ ਹਿਲੇ ਗਈ ਸਾਰੀ ਚੰਡ ਫਫੜੇ ਨੇ ਮਾਰੀ ਭੂਆ ਹਿਲੇ ਗਈ ਸਾਰੀ ਨਾਲੇ ਫੁੱਫੜੇ ਨੇ ਚੱਕ ਲਈ ਡਾਂਗ ਵੇ ਪਲਿਆ ਭੂਆ ਭੱਜੀ ਭੱਜੀ ਫਿਰ ਬਾਂਦਰ ਵਾਂਗ ਵੇ ਪਲਿਆ ਚਾਚੀ ਭੱਜੀ ਭੱਜੀ ਫਿਰ ਬਾਂਦਰ ਵਾਂਗ ਵੇ ਪਲਿਆ ਉਹ ਦੋਵੇਂ ਭੱਜੀਆਂ ਨੰਗੇ ਪੈਰ ਅੱਜ ਉਹਨਾਂ ਦੀ ਨਹੀਂ ਓ ਖੈਰ ਜਦੋਂ ਥੱਕ ਗਈਆਂ ਥੋੜਾ ਮਾਰਨ ਰੋੜੇ ਉੱਤੇ ਰੋੜਾ ਮਾਰਨ ਰੋੜੇ ਉੱਤੇ ਰੋੜਾ ਡਰ ਕੇ ਫੁੱਫੜੇ ਨੇ ਸੁੱਟ ਦਿੱਤੀ ਡਾਂਗ ਵੇ ਪਲਿਆ ਦੋਵੇਂ ਭੱਜੀਆਂ ਭੱਜੀਆਂ ਵੇ ਬਾਂਦਰ ਵਾਂਗ ਵੇ ਪਲਿਆ ਵਾਹ ਵੀ ਵਾਹ 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 ਚੱਲ ਇਹ ਤਾਂ ਤੈਨੂੰ ਪਤਾ ਲੱਗ ਜਾਂਦਾ ਨਾ ਕਿ ਤੇਰੇ ਟੱਬਰ ਤੇ ਦੇਖਦੇ ਕਿੱਦਾਂ ਦੇ ਭੱਜਦੇ ਕਿਉਂਕਿ ਤੂੰ ਆਪ ਹੀ ਦੱਸ ਰਹੀ ਬੇਟਾ ਐਕਸਪਲੇਨ ਕਰ ਰਹੀ ਗਾਣਾ ਬਣਾ ਕੇ ਲਿਆਈ ਅੱਛੀ ਗੱਲ ਜਦੋਂ ਇਹ ਨਾ ਇਹ ਤੀਰ ਤੇ ਚਲੀ ਜਾਂਦੀ ਹੈ ਨਾ ਇਹ ਤਿੰਨ ਪੜਾਅ ਹੁੰਦੇ ਆ ਉਹਦੇ ਹਾਰਮੋਨੀਅਮ ਦੇ ਮਾਧਮ ਤਾਰ ਤੇ ਸਪਤਕ ਜਿਹੜੇ ਉਹਦੇ ਤੇ ਲਾਸਟ ਵਾਲ ਤੇ ਚਲੀ ਜਾਂਦੀ ਨਾ ਫੁੱਫੜਾ ਵਾਲਾ ਕਿਹੜਾ ਕਿਹਾ ਸੀ ਬੇਟਾ ਸਪਤਕ ਦੀ ਗੱਲ ਕਰਦੇ ਭਾਈ ਮੈਂ ਥੱਪੜ ਮਾਰ ਕੇ ਮੂੰਹ ਤੇ ਦਸਤਕ ਦੇ ਦੇਣੀ ਆ ਓਏ ਇਹ ਗੱਲ ਤੈਨੂੰ ਕਦ ਤੱਕ ਸਮਝਾਉਂਦੀ ਰਹੇ ਆ ਜਿਹੜੇ ਹਾਰਮੋਨੀਅਮ ਦੀ ਗੱਲ ਕੀਤੀ ਹੈ ਹਾਰਮੋਨੀਅਮ ਚ ਚੌਥੇ ਕਾਲੇ ਵਰਗਾ ਤੁਹਾਡਾ ਮੂੰਹ ਹੈ ਹਾਲਾਂਕਿ ਤੀਜੇ ਵਾਲਾ ਵੀ ਸੇਮ ਹੀ ਲੱਗਦਾ ਸਾਰੇ ਕਾਲੇ ਵਰਗਾ ਇਹਦਾ ਹੀ ਹੈ ਜੀ ਹਾਂ ਤੇ ਚਿੱਟੇ ਵਰਗਾ ਤੇਰਾ